ਜੀ ਅੱਜ ਆਪਾਂ ਜਾ ਰਹੇ ਹਾਂ ਸਕੋਸ਼ੀਆ ਬੈਂਕ 'ਚ ਅਕਾਊਂਟ ਖੁਲਾਉਣ। ਕਿੰਨੇ ਮਿੰਟ ਦਾ ਰਸਤਾ ਇੱਥੋਂ ਆਪਣਾ? 10 ਮਿੰਟ ਦਾ ਰਸਤਾ ਨਾ। ਆਪਾਂ ਜਾ ਰਹੇ ਹਾਂ ਸਕੋਸ਼ੀਆ ਬੈਂਕ 'ਚ ਆਪਣਾ ਅਕਾਊਂਟ ਖੁਲਾਉਣ ਲਈ ਅੱਜ, ਅਤੇ ਅੱਜ ਦੀ ਆਪਣੀ ਅਪੁਆਇੰਟਮੈਂਟ ਸੀਗੀ 3 ਵਜੇ ਦੀ ਅਪੁਆਇੰਟਮੈਂਟ ਆ, ਅਤੇ 2:30 ਵੱਜ ਗਏ ਆ, ਅਤੇ 10 ਕੁ ਮਿੰਟ ਦੇ ਰਸਤੇ ਤੱਕ ਆਪਣਾ ਆ ਜਾਣਾ ਆ ਸਕੋਸ਼ੀਆ ਬੈਂਕ। 10 ਮਿੰਟ ਦੀ ਵਾਕ ਆ ਬਸ, ਨੇੜੇ ਹੀ ਆ ਸਾਡੇ ਘਰ ਤੋਂ, ਇੱਕ ਬ੍ਰਾਂਚ ਸਕੋਸ਼ੀਆ ਬੈਂਕ ਦੀ। ਬਾਕੀ ਅੱਜ ਧੁੱਪ ਬਹੁਤ ਵਧੀਆ ਨਿਕਲੀ ਆ, ਸਨੀ ਡੇ ਆ ਪੂਰਾ। ਆਪਣਾ ਅਕਾਊਂਟ ਓਪਨ ਹੋ ਗਿਆ ਹੈ ਸਕੋਸ਼ੀਆ ਬੈਂਕ ਦੇ ਵਿੱਚ, ਦੈਨ ਹੁਣ ਆਪਾਂ ਜਾ ਰਹੇ ਹਾਂ ਘਰ ਨੂੰ ਵਾਪਸ। ਅਤੇ ਆਪਣਾ ਨੂੰ ਆਪਣਾ ਅਕਾਊਂਟ ਜਿਹੜਾ ਓਪਨ ਹੋਇਆ, ਆਪਾਂ ਨੂੰ ਉਹਦਾ ਡੈਬਿਟ ਕਾਰਡ ਵੀ ਮਿਲ ਗਿਆ ਇੱਥੋਂ ਹੀ, ਅਤੇ ਉਹਨਾਂ ਦਾ ਪਿੰਨ ਵੀ ਆਪਾਂ ਇੱਥੇ ਸੈੱਟ ਕਰ ਲਿਆ, ਮਤਲਬ ਆਪਣਾ ਏਟੀਐਮ ਕਾਰਡ ਜਿਹੜਾ ਹੁੰਦਾ ਇੰਡੀਆ 'ਚ ਡੈਬਿਟ ਕਾਰਡ, ਉਹ ਮਿਲ ਗਿਆ। ਆਪਾਂ ਹੁਣ ਪੈਸੇ ਕਢਾ ਵੀ ਸਕਦੇ ਹਾਂ ਮਸ਼ੀਨ ਥਰੂ, ਅਤੇ ਦੈਨ ਜਮ੍ਹਾਂ ਵੀ ਕਰਵਾ ਸਕਦੇ ਹਾਂ। ਅਤੇ ਬਟ ਉਹਦੀ ਲਿਮਿਟ ਆ, ਪਰ ਡੇ ਲਿਮਿਟ ਹੈਗੀ ਆ $500, ਸਟੂਡੈਂਟ ਅਕਾਊਂਟ ਹੋਣ ਕਰਕੇ ਉਹਦਾ $500 ਲਿਮਿਟ ਰੱਖੀ ਹੈ ਇਹਨਾਂ ਨੇ, $500 to $1,000 ਇੱਕ ਦਿਨ 'ਚ। ਬਸ ਆਪਾਂ $500 ਜਾਂ $1,000 ਦੇ ਵਿੱਚ ਵਿੱਚ ਕਢਾ ਸਕਦੇ ਹਾਂ, ਉਸ ਤੋਂ ਜ਼ਿਆਦਾ ਨਹੀਂ ਕਢਾ ਸਕਦੇ। ਬਟ ਇਨ ਕੇਸ ਉਹ ਕਹਿੰਦੇ ਜੇ ਕਢਾਉਣਾ ਹੋਣ $500 ਤੋਂ ਜ਼ਿਆਦਾ, ਤਾਂ ਤੁਸੀਂ ਉੱਥੇ ਆਪਣੇ ਕਾਊਂਟਰ 'ਤੇ, ਰਿਸੈਪਸ਼ਨ ਕਾਊਂਟਰ 'ਤੇ ਬੈਂਕ ਦੀ ਕਿਸੇ ਵੀ ਬ੍ਰਾਂਚ 'ਚ ਉਹਨਾਂ ਫਿਰ ਕੰਟੈਕਟ ਕਰ ਸਕਦੇ ਹਾਂ। ਬਾਕੀ ਇੰਨੇ ਕੁ ਡੋਲਰ ਕਢਾਉਣੇ ਮੇਰੇ ਹਿਸਾਬ ਨਾਲ ਇੱਕ ਸਟੂਡੈਂਟ ਦੇ ਲਈ ਬਹੁਤ ਹੁੰਦੇ ਆ ਪਰ ਡੇ ਲਈ, ਹੈ ਨਾ। ਉਸ ਤੋਂ ਇਲਾਵਾ ਜਿਹੜੇ ਉਹ ਕ੍ਰੈਡਿਟ ਕਾਰਡ ਆਪਾਂ ਨੂੰ ਮਿਲਣਾ ਸਕੋਸ਼ੀਆ ਬੈਂਕ ਵੱਲੋਂ, ਉਹ ਕਹਿ ਰਹੇ ਸੀਗੇ ਕਿ ਆਪਾਂ ਨੂੰ ਉਹਦੀ $500 ਜਾਂ $1,000 ਲਿਮਿਟ ਹੋਊਗੀ ਕ੍ਰੈਡਿਟ ਕਾਰਡ ਦੀ। ਅਤੇ ਕ੍ਰੈਡਿਟ ਕਾਰਡ ਆਪਣਾ 7 ਤੋਂ 10 ਦਿਨਾਂ ਦੇ ਵਿੱਚ ਵਿੱਚ ਕਹਿੰਦੇ ਤੁਹਾਡੇ ਦਿੱਤੇ ਐਡਰੈਸ 'ਤੇ ਡਿਲੀਵਰ ਹੋ ਜੂਗਾ ਘਰੇ। ਸੋ ਕ੍ਰੈਡਿਟ ਕਾਰਡ ਵੀ ਆਪਣਾ ਘਰੇ ਆ ਜੂਗਾ। ਅਤੇ ਦੈਨ ਇਹਨਾਂ ਦੇ ਵਿੱਚ ਸਕੋਸ਼ੀਆ ਬੈਂਕ ਦੇ ਵਿੱਚ ਇੱਕ ਹੁੰਦਾ ਉੱਦਾਂ ਸੀਨ ਪੁਆਇੰਟਸ ਟਾਈਪ ਔਫਰ, ਉਹ ਔਫਰ ਇੱਦਾਂ ਆ ਕਹਿੰਦੇ ਕਿ ਜਿਹੜੇ ਸੀਨ ਪੁਆਇੰਟ ਆਪਾਂ ਨੂੰ ਮਿਲਣੇ ਆ, ਜਿੱਦਾਂ ਕ੍ਰੈਡਿਟ ਕਾਰਡ ਯੂਜ਼ ਕਰਦੇ ਹਾਂ ਤਾਂ ਵੀ ਸੀਨ ਪੁਆਇੰਟ ਆਪਾਂ ਨੂੰ ਮਿਲਣੇ ਆ, ਡੈਬਿਟ ਕਾਰਡ ਯੂਜ਼ ਕਰਾਂਗੇ ਤਾਂ ਵੀ ਨਹੀਂ ਮਿਲਣੇ ਆ। ਤਾਂ ਮੈਡਮ ਨੂੰ ਮੈਂ ਪੁੱਛਿਆ ਸੀ ਇੱਥੇ ਜਿਹੜੇ ਸੀਗੇ ਆਪਣੇ ਬੈਂਕ ਦੇ ਵਿੱਚ ਜਿਨ੍ਹਾਂ ਨੇ ਮੇਰਾ ਅਕਾਊਂਟ ਖੋਲਿਆ, ਉਹ ਕਹਿੰਦੇ ਸੀਗੇ ਕਿ ਜੇ ਆਪਾਂ ਕ੍ਰੈਡਿਟ ਕਾਰਡ ਯੂਜ਼ ਕਰੀਏ ਤਾਂ ਦੈਨ ਆਪਾਂ ਨੂੰ $1 ਦਾ ਇੱਕ ਪੁਆਇੰਟ ਮਿਲੂਗਾ, ਜੇ ਆਪਾਂ ਡੈਬਿਟ ਕਾਰਡ ਯੂਜ਼ ਕਰੀਏ ਦੈਨ ਫਿਰ ਆਪਾਂ ਨੂੰ $5 ਖਰਚਣ ਦਾ ਇੱਕ ਪੁਆਇੰਟ ਮਿਲੂਗਾ। ਅਤੇ ਮੈਂ ਨੈੱਟ 'ਤੇ ਚੈੱਕ ਵਗੈਰਾ ਕੀਤਾ, 1200 ਸੀਨ ਪੁਆਇੰਟ ਹੋਊਗੇ, ਮਤਲਬ 1200 ਪੁਆਇੰਟ ਹੋਊਗੇ ਜਦੋਂ ਫਿਰ ਆਪਾਂ ਇੱਕ ਮੂਵੀ ਦੇਖ ਸਕਦੇ ਹਾਂ। ਤਾਂ ਕੁਛ 500-600 ਪੁਆਇੰਟ ਕੁਛ ਪਹਿਲਾਂ ਹੀ ਆਪਾਂ ਨੂੰ ਅਕਾਊਂਟ ਖੁਲਾਉਣ 'ਤੇ ਮਿਲੇ ਆ, ਮਤਲਬ ਬਾਕੀ ਆਪਾਂ ਜੋੜ ਕੇ ਫਿਰ ਆਪਾਂ ਉਹ ਪੁਆਇੰਟਸ ਦੇ ਥਰੂ ਇੱਦਾਂ ਫਿਲਮ ਦੇਖ ਸਕਦੇ ਹਾਂ। ਅਤੇ ਉਹ ਕਹਿ ਰਹੇ ਸੀਗੇ ਕਿ ਰੈਸਟੋਰੈਂਟ ਵਗੈਰਾ ਦੇ ਵਿੱਚ ਤੁਸੀਂ ਇਹਨਾਂ ਸੀਨ ਪੁਆਇੰਟਸ ਦੇ ਨਾਲ ਖਾ ਵੀ ਸਕਦੇ ਹਾਂ, ਖਾ ਪੀ ਸਕਦੇ ਹਾਂ ਕੁਛ ਵੀ, ਅਤੇ ਮਤਲਬ ਤੁਹਾਨੂੰ ਪੇ ਨਹੀਂ ਕਰਨਾ ਪਊਗਾ ਸੀਨ ਪੁਆਇੰਟਸ ਤੋਂ। ਆਪਾਂ ਰੈਸਟੋਰੈਂਟਸ ਵਗੈਰਾ 'ਚ ਖਾ ਪੀ ਵੀ ਸਕਦੇ ਹਾਂ, ਅਤੇ ਆਪਣੇ ਜਿਹੜੇ ਪੁਆਇੰਟਸ ਆ ਮੂਵੀਜ਼ ਦੇਖਣ ਲਈ ਯੂਜ਼ ਕਰ ਸਕਦੇ, ਬਸ ਇਹੀ ਆ। ਅਤੇ ਜਿੱਥੇ ਆਪਣਾ ਸਕੋਸ਼ੀਆ ਬੈਂਕ ਸੀਗਾ ਉਹਦੇ ਨਾਲ ਹੀ ਸੀਗਾ RBC ਬੈਂਕ, RBC ਬੈਂਕ ਸੀਗਾ ਆਪਣਾ ਰੋਇਲ ਬੈਂਕ ਆਫ ਕੈਨੇਡਾ। ਇਹਦੇ ਵਿੱਚ ਇੱਦਾਂ ਆ ਕਿ ਇਹ ਵੀ ਸਟੂਡੈਂਟ ਅਕਾਊਂਟ ਖੋਲ੍ਹਦੇ ਆ, ਅਤੇ ਇਹ ਵੀ ਵਧੀਆ ਬੈਂਕ ਆ, ਪਰ ਸਕੋਸ਼ੀਆ ਮਤਲਬ ਉਸ ਤੋਂ ਜ਼ਿਆਦਾ ਵਧੀਆ ਮੰਨੀ ਜਾਂਦੀ ਇੱਥੇ ਕੈਨੇਡਾ ਦੇ ਬੈਂਕ। ਅਤੇ ਜਿਹੜੀ RBC ਬੈਂਕ ਆ ਇਹਦੇ ਵਿੱਚ ਔਫਰ ਦੇ ਰਿਹਾ ਕਿ ਉਹ $15 ਪਰ ਮੰਥ ਆਪਾਂ ਜੇ ਸਬਮਿਟ ਮਤਲਬ ਆਪਣੇ ਅਕਾਊਂਟ 'ਚੋਂ ਆਪਣੇ ਆਪ ਕੱਟੋਗੇ, ਡਿਟੈਕਟ ਕਰੂਗੇ 1 ਸਾਲ ਤੱਕ $15 ਪਰ ਮੰਥ, ਅਤੇ ਆਪਾਂ ਨੂੰ ਆਈਪੈਡ ਦੇ ਰਿਹਾ, ਪਤਾ ਨਹੀਂ iPad 3 ਦੇ ਰਿਹਾ, ਪਤਾ ਨਹੀਂ ਕਿਹੜਾ ਦੇ ਰਿਹਾ, ਮਤਲਬ ਪੁਰਾਣਾ 32 GB ਵਾਲਾ ਮਾਡਲ ਦੇ ਰਿਹਾ, ਨਾਲੇ ਜਿਹੜਾ ਵੀ ਦੇ ਰਿਹਾ। ਬਸ ਆਪਾਂ ਕੋਲ ਕਲਰ ਚੋਇਸ ਹੈਗੀ ਆ ਕਿ iPad ਦਾ ਆਪਾਂ ਕਲਰ ਚੋਇਸ ਕਰ ਸਕਦੇ ਹਾਂ, ਕਲਰ ਚੋਇਸ ਤੋਂ ਇਲਾਵਾ ਆਪਾਂ ਹੋਰ ਕੁਛ ਨਹੀਂ ਕਰ ਸਕਦੇ, ਬਸ iPad ਜਿਹੜਾ ਮਿਲ ਰਿਹਾ ਉਹੀ ਲੈਣਾ ਪੈਣਾ। ਅਤੇ ਇੱਕ ਫਾਇਦਾ ਹੈਗਾ, ਫਾਇਦਾ ਇਹ ਹੈ ਕਿ ਉਹ iPad ਦਾ ਪ੍ਰਾਈਜ਼ ਮੈਂ ਚੈੱਕ ਕੀਤਾ, ਉਹ iPad ਦਾ ਪ੍ਰਾਈਜ਼ ਹੈਗਾ ਕੁਛ $540 ਦੇ ਕਰੀਬ, ਬਟ ਉਹ ਆਪਾਂ ਨੂੰ $15 ਪਰ ਮਤਲਬ ਮੰਥ ਦੇਣਾ, ਅਤੇ 1 ਸਾਲ ਦੇਣਾ, ਮਤਲਬ ਟੋਟਲ 12 ਮੰਥ ਦੇਣਾ, ਅਤੇ ਉਹ ਆਪਾਂ ਨੂੰ ਉਹੀ ਪੈ ਰਿਹਾ ਆ $180 ਦਾ ਪੈਂਦਾ ਪਿਆ ਬਸ, ਮਤਲਬ $500-550 ਵਾਲੀ ਚੀਜ਼ ਆਪਾਂ ਨੂੰ $200 ਦੇ ਵਿੱਚ ਵੀ ਪੈ ਗਈ ਤਾਂ ਠੀਕ ਆ, ਮਤਲਬ ਆਪਣਾ $300-400 ਬਚ ਰਿਹਾ ਫਿਰ ਵੀ। ਬਸ ਉਹ RBC ਬੈਂਕ ਦੇ ਵਿੱਚ ਇੱਕ ਇਹੀ ਬੈਨੀਫਿਟ ਲੱਗਾ, ਮਤਲਬ ਇਹ ਸਕੀਮ ਲੱਗੀ ਹੋਈ ਆ। ਬਾਕੀ ਆਪਣੇ ਜਿਹੜਾ ਹੈ ਬੈਂਕ ਆ ਜਿਹਦੇ 'ਚ ਮੈਂ ਸਕੋਸ਼ੀਆ ਬੈਂਕ 'ਚ ਮੈਂ ਅਕਾਊਂਟ ਖੁਲਾਇਆ, ਇਹਦੇ ਵਿੱਚ ਇੱਦਾਂ ਦੀ ਕੋਈ ਸਕੀਮ ਨਹੀਂ,
ਫਿਲਹਾਲ ਕਿ ਕੋਈ ਆਈਪੈਡ ਮਿਲੇਗਾ ਜਾਂ ਕੋਈ ਫੋਨ ਮਿਲੇਗਾ, ਇਸ ਤਰ੍ਹਾਂ ਦੀ ਇਸ ਬੈਂਕ 'ਚ ਕੋਈ ਸਕੀਮ ਨਹੀਂ। ਬਾਕੀ ਦੋਨੋਂ ਬੈਂਕ ਵਧੀਆ। ਅਤੇ ਹਾਂ, ਇਹਦੇ ਵਿੱਚ ਆਪਾਂ ਨੂੰ ਸਕੋਸ਼ੀਆ ਬੈਂਕ ਦੇ ਵਿੱਚ ਈ ਬੈਂਕਿੰਗ ਆਪਾਂ ਨੂੰ ਫ੍ਰੀ ਹੈ, ਕੋਈ ਵੀ ਆਪਾਂ ਟ੍ਰਾਂਸਫਰ ਕਰਦੇ ਹਾਂ ਪੈਸੇ ਇੱਕ ਅਕਾਊਂਟ ਤੋਂ ਦੂਜੇ ਅਕਾਊਂਟ 'ਚ, ਉਹ ਫ੍ਰੀ ਆ। ਲੇਕਿਨ ਬਾਕੀ ਕਈ ਬੈਂਕਾਂ ਦੇ ਵਿੱਚ ਨਾ ਫੀਸ ਲੱਗਦੀ ਹੈ, ਕੁਛ ਡੋਲਰ, $1 ਜਾਂ $2। ਦੈਨ ਸਕੋਸ਼ੀਆ ਦੇ ਵਿੱਚ ਇਹ ਵੀ ਫਾਇਦਾ, ਇਹ ਆਪਣੇ ਕੈਨੇਡਾ ਦੀ ਮਤਲਬ ਸਭ ਤੋਂ ਪੁਰਾਣੀ ਬੈਂਕ ਆ, ਅਤੇ ਇਸ ਕਰਕੇ ਮੇਰੇ ਫਰੈਂਡਸ ਨੇ ਵੀ ਸੁਜੈਸਟ ਕੀਤਾ ਵੀ ਇਹ 'ਚ ਅਕਾਊਂਟ ਖੁਲਾ ਲਿਆ, ਤਾਂ ਫਿਰ ਇਹਦੇ ਵਿੱਚ ਹੀ ਮੈਂ ਸੋਚਿਆ ਅਕਾਊਂਟ ਖੁਲਾਉਣਾ। ਬਾਕੀ ਆਈਪੈਡ ਮੈਂ ਲੈਣਾ ਨਹੀਂ ਸੀ, ਇਸ ਕਰਕੇ ਮੈਂ RBC ਦੇ ਵਿੱਚ ਆਪਣਾ ਅਕਾਊਂਟ ਖੁਲਾਇਆ ਨਹੀਂ, ਸਕੋਸ਼ੀਆ ਦੇ ਓਪੋਜਿਟ ਹੀ ਸੀਗਾ RBC ਬੈਂਕ। ਦੈਨ ਹੁਣ ਆਪਾਂ ਘਰੇ ਜਾ ਰਹੇ ਹਾਂ, ਦੈਨ ਅੱਜ ਦਾ ਬਲੌਗ 'ਚ ਬਸ ਫਿਰ ਇੰਨਾ ਹੀ। ਬਾਕੀ ਫਿਰ ਅਗਲੇ ਬਲੌਗ 'ਚ ਦੇਖਾਂਗੇ, ਜਿੱਥੇ ਕਿਤੇ ਘੁੰਮਣ ਜਾਵਾਂਗੇ ਦੈਨ ਬਲੌਗ ਬਣਾਵਾਂਗੇ ਅਗਲਾ।